ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਵਾਗਤ ਹੈ ਸਾਡੇ ਨਵੇਂ ਬਲੌਗ 'ਚ। ਆਪਾਂ ਪਹਿਲਾਂ ਸਵੇਰੇ ਉੱਠ ਕੇ ਅੱਜ ਗੁਰਬਾਣੀ ਸੁਣੀ। ਭਾਈ ਦਵਿੰਦਰ ਸਿੰਘ ਸੋਢੀ ਜੀ ਕਥਾ ਕਰ ਰਹੇ ਸੀਗੇ, ਬਹੁਤ ਵਧੀਆ ਲੱਗਦਾ ਸਵੇਰੇ ਉੱਠ ਕੇ। ਫਿਰ ਬਣਾਈ ਘਰ ਵਾਲੀ ਨੇ ਰੋਟੀ, ਉਹਨਾਂ ਨੇ ਕੰਮ 'ਤੇ ਜਾਣਾ ਹੁੰਦਾ। ਰੋਟੀ ਬਣਾਉਣ ਤੋਂ ਬਾਅਦ ਆਪਾਂ ਚੱਲ ਗਏ ਬਾਹਰ, ਉਹਨਾਂ ਨੂੰ ਡੋਗੀ ਜਿਹੜੇ ਰੱਖੇ ਉਹਨਾਂ ਨੂੰ ਰੋਟੀ ਪਾਉਣ, ਅਤੇ ਪੂਰੀ ਸੇਵਾ ਹੋ ਰਹੀ ਇਹਨਾਂ ਦੀ ਅੱਜ ਕੱਲ੍ਹ, ਪਾਲ ਰਹੇ ਪੂਰੇ ਠੋਕ ਕੇ। ਅਤੇ ਨਾਲੇ ਚੱਕਣਾ ਸੀ ਗੋਹਾ, ਮੈਂ ਕਿਹਾ ਚਲੋ ਗੋਹਾ ਵੀ ਚੱਕ ਦਿੰਦੇ ਹਾਂ। ਫਿਰ ਮੈਂ ਕਿਹਾ ਚਲੋ ਠਹਿਰ ਕੇ ਚੱਕਦੇ ਹਾਂ, ਘਰ ਵਾਲੀ ਨੇ ਪਹਿਲਾਂ ਰੋਟੀ ਪਾਣੀ ਖਾ ਲਈਏ। ਅਤੇ ਪੁੱਠੇ ਪੁੱਠੇ ਪਾ ਦਿੱਤੇ ਸੀ ਡੈਡੀ ਸਾਡੇ ਨੇ, ਅਤੇ ਆਪਾਂ ਫਿਰ ਖਾਧੀ ਰੋਟੀ। ਰੋਟੀ ਦੇ ਨਾਲ ਆ ਗਿਆ ਸੈਲਡ। ਸੈਲਡ ਖਾਣ ਤੋਂ ਬਾਅਦ ਆਪਾਂ ਮੁੱਛਾਂ ਮੁੱਛਾਂ ਚਾੜ ਕੇ, ਮੈਂ ਚਾਰ ਕੁੜੀਆਂ ਦਿਨ ਛੱਡ ਕੇ ਆਵਾਂ, ਚਲ ਮੈਂ ਇਹਨੂੰ ਛੱਡਣ ਚਲ ਗਿਆ। ਅਤੇ ਇਹਨਾਂ ਨੂੰ ਛੱਡ ਕੇ ਫਿਰ ਮੈਂ ਚਾਚੀ ਸਾਡੀ ਕੱਪੜੇ ਧੋ ਕੇ ਆਈ ਸੀਗੀ, ਅਤੇ ਮੈਂ ਇਹਨਾਂ ਨੂੰ ਛੱਡ ਕੇ ਘਰੋਂ ਆ ਗਿਆ। ਅਤੇ ਚਾਚੇ ਕੋਲ 10 ਮਿੰਟ ਬੈਠਾ, ਮੰਮੀ ਹੁਣੀ ਚੱਲੇ ਸੀ ਦਵਾਈ ਲੈਣ। ਫਿਰ ਆਪਾਂ ਚੱਕਿਆ ਜਾ ਕੇ ਗੋਹਾ। ਗੋਹਾ ਚੱਕਣ ਤੋਂ ਬਾਅਦ ਪਾਣੀ, ਪਾਣੀ ਪਿਲਾਉਣ ਤੋਂ ਬਾਅਦ ਆਪਾਂ ਸਾਰਿਆਂ ਨੂੰ ਕੀਤਾ ਬਾਏ ਬਾਏ। ਜਾਗਰ ਜੋਰਾ ਵਰਤਾਇਆ ਜੀ, ਕੁੱਤਿਆਂ ਨੂੰ ਬੁਲਾ ਰਹੇ ਸੀਗੇ। ਅਤੇ ਉਸ ਤੋਂ ਬਾਅਦ ਆਪਾਂ ਫਿਰ ਆ ਗਏ ਘਰ ਦੇ ਅੰਦਰ, ਅਤੇ ਜਥੇਦਾਰ ਸਰਦਾਰ ਗੁਰਦੇਵ ਸਿੰਘ ਕੌਂਕੇ ਦੇ ਬਾਰੇ ਜਿਹੜੀ ਇੰਟਰਵਿਊ ਚੱਲ ਰਹੀ ਸੀਗੀ ਪ੍ਰੋ ਪੰਜਾਬ ਟੀਵੀ 'ਤੇ, ਉਹ ਸੋਹਣੀ ਅਤੇ ਬਹੁਤ ਜਿਹੜਾ ਤਸ਼ੱਦਦ ਉਹ ਜਥੇਦਾਰ ਕੌਂਕੇ 'ਤੇ ਕੀਤਾ ਗਿਆ। ਉਸ ਤੋਂ ਬਾਅਦ ਆਪਾਂ ਖਾਧੇ ਸੇਵੀਆਂ। ਸੇਵੀਆਂ ਖਾਣ ਤੋਂ ਬਾਅਦ ਆਪਾਂ ਫਿਰ ਪਾਏ ਪਸੰਦ ਪੱਠੇ, ਅਤੇ ਆਪਾਂ ਹੋ ਗਏ ਰੈਡੀ ਨਹਾ ਧੋ ਕੇ, ਅਤੇ ਬੰਨਿਆ ਦਮਾਲਾ ਸਾਹਿਬ। ਦਮਾਲਾ ਸਾਹਿਬ ਬੰਨਣ ਤੋਂ ਬਾਅਦ ਆਪਾਂ ਜਾਣਾ ਸੀਗਾ ਸ਼ਹਿਰ, ਰੈਡੀ ਹੋ ਕੇ ਮਾਰੀ ਮੋਟਰ ਦੀ ਕਿੱਕ, ਅਤੇ ਆਪਾਂ ਚੱਲ ਗਏ ਸ਼ਹਿਰ ਨੂੰ। ਸ਼ਹਿਰ ਜਾ ਕੇ ਆਪਾਂ ਲਿਆਉਣਾ ਸੀਗਾ ਮੈਡਮ ਨੂੰ, 4:30 ਵਜੇ ਆਪਾਂ ਘਰੋਂ ਚੱਲ ਜਾਈਦਾ ਫਿਰ। ਅਤੇ ਰਾਹ ਵਿੱਚ ਜਾਂਦੇ ਜਾਂਦੇ ਆਪਾਂ ਬਣਾਈ ਵੀਡੀਓ, ਆ ਚੱਲੇ ਆਪਾਂ ਸ਼ਹਿਰ। ਬੰਗਿਆਂ ਦੇ ਰਾਹ ਦੀ ਵੀਡੀਓ ਸੀ ਇਹ, ਅਤੇ ਬੰਗਿਆਂ ਪਹੁੰਚ ਕੇ ਆਪਾਂ ਫਿਰ ਗਏ ਮੈਡਮ ਦਾ ਥੋੜ੍ਹਾ ਜਿਹਾ ਟੈਸਟ ਕਰਾਉਣੇ ਸੀਗੇ, ਮਹਿੰਦਰਾ ਹੋਸਪਿਟਲ ਬੰਗਿਆਂ, ਉੱਥੇ ਪਹੁੰਚ ਗਏ। ਅਤੇ ਉਸ ਤੋਂ ਬਾਅਦ ਆਪਣੀ ਹੋ ਗਈ ਲੜਾਈ, ਪੋਚਿਆਂ ਬਦਲੇ ਮੈਡਮ ਹੋ ਗਈ ਗੁੱਸੇ, ਕਹਿੰਦੀ ਪੈਸੇ ਮੈਂ ਨਹੀਂ ਤੁਸੀਂ ਦੇਣੇ ਹੁੰਦੇ। ਮੈਂ ਕਿਹਾ ਨਹੀਂ ਤੁਸੀਂ ਦੇਣੇ ਹੁੰਦੇ, ਵੀ ਬੰਦੇ ਕਮਾਉਂਦਾ ਕਰ ਲਿਆ ਜਦ ਪੈਸੇ ਨਹੀਂ ਦੇਣੇ, ਠੀਕ ਹੈ ਨਾ। ਅਤੇ ਚਲੋ ਜੀ, ਉਸ ਤੋਂ ਬਾਅਦ ਘਰ ਆ ਕੇ ਕੀਤੀ ਸੁਲਾ। ਮੰਮੀ ਨੇ ਬਣਾਈ ਅਸੀਂ ਕੜੀ ਨਾਲ ਪਕੌੜਾ, ਕਹਿੰਦੀ ਬੈਠਾ ਰਿਹਾ ਕਰ ਜੱਜਣਿਆ, ਸਾਡੀ ਬਹੂ ਨੂੰ ਰਵਾਨ ਰਹਿੰਦਾ। ਚਲੋ ਜੀ ਆਪਾਂ ਚੱਲ ਗਏ ਫਿਰ ਬੰਗਿਆਂ ਨੂੰ, ਫਲੈਕਸਾਂ ਲੱਗਣੀਆਂ ਸੀਗੀਆਂ ਲੰਗਰ ਵਾਲੀ ਜਗ੍ਹਾ 'ਤੇ। ਅਤੇ ਭਈਏ ਨੂੰ ਬਿਠਾਇਆ ਮੋਟਰਸਾਈਕਲ 'ਤੇ, ਮੈਂ ਕਿਹਾ ਚੱਲ ਵੀ ਚਲਾ ਬਈ। ਭਈਆ ਕਹਿੰਦਾ ਭਾਅ ਜੀ ਚੱਕ ਦੇਂਗੇ ਫੱਟੇ। ਲਓ ਜੀ ਲੰਗਰ ਦੇ ਪੋਸਟਰ ਲੱਗ ਚੁੱਕੇ ਗ੍ਰੀਨ ਸਿਟੀ ਦੇ ਵਿੱਚ, ਹੋਲੇ ਮਹੱਲੇ ਦਾ ਲੰਗਰ ਜ਼ਰੂਰ। ਸਾਰੀ ਸੰਗਤ ਨੇ 23, 24, 25, 26 ਨੂੰ ਜ਼ਰੂਰ ਪਹੁੰਚਣਾ। ਅਤੇ ਮੈਡਮ ਹੁਣੀ ਅਸੀਂ ਘਰ ਆਏ, ਤਾਂ ਮੈਡਮ ਨੂੰ ਆਉਂਦੀ ਸੀ ਭਾਂਡੇ ਚੱਕ ਚੱਕ, ਅਤੇ ਪਤੀਲਾ ਐਨ ਮਾਂ ਇਹਦੇ। ਚਲੋ ਜੀ ਉਸ ਤੋਂ ਬਾਅਦ ਆਪਾਂ ਆ ਗਏ ਘਰ, ਅਤੇ ਬਾਹਰ ਮੰਮੀ ਆ ਗਈ ਗਾਈਂ ਚੋ ਕੇ, ਅਤੇ ਆਪਾਂ ਸੀਗੇ ਬੈਠੇ ਸਾਰੇ ਜਾਣੇ ਇਕੱਠੇ ਹੋ ਕੇ, ਅਤੇ ਮੰਮੀ ਆ ਗਈ ਗਾਈਂ ਚੋ ਕੇ ਸਾਰਿਆਂ ਨੂੰ। ਅਤੇ ਮਗਰੇ ਆ ਜਾਂਦੀ ਹੈ ਮਨਦੀਪ ਦੁੱਧ ਲੈਣ, ਚੱਕ ਆ ਗਈ ਪਿਆਰੀ, ਇਹਦਾ ਤਾਂ ਕੰਮੇ ਕਹਿੰਦੀ ਇਹੀ ਹੈ ਬਸ। ਚਲੋ ਜੀ ਬਾਹਰ ਪਾਇਆ ਡੋਗੀਆਂ ਨੂੰ ਦੁੱਧ, ਅਤੇ 10 ਮਿੰਟ ਬੈਠਣ ਤੋਂ ਬਾਅਦ ਆਪਾਂ ਆ ਗਏ ਘਰ। ਠੀਕ ਹੈ ਜੀ, ਓਕੇ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਯਾਗਰ ਸਿੰਘ ਵੀ ਖੜਾ ਵਾ, ਮਿਲਦੇ ਹਾਂ ਕੱਲ੍ਹ ਨੂੰ ਨਵੇਂ।